हेलो बच्चों, आज असी गल करते हैं 8वीं क्लास की पंजाबी व्याकरण की, जिसका पहला पार्ट साडा हुंदा है मेन बोली, जिसनों आपां की कहने आ पंजाबी कहने आ। आपां इस चीज़ का अज अध्ययन करांगे, इस चीज़ नूं जाणांगे कि बोली क्या की जांदा है, तो इन्हां दे किन्ने पार्ट हुंदे हन, तो किस किस तरह की बोली बोली जाती है। तो सब तो पहला देखो बोली, इहदी डेफिनेशन कीहदी है, इहदी परिभाषा की हुंदी है। बोली जिहड़े बोलां राही किसी प्रांतां जां किसी इलाकां दे लोक बोल जां लिख के अपने मन दे भाव अते गल्लां इक दूजे नूं समझाउंदे हन, उहनां बोलां नूं बोली जां भाषा आखदे हन। अब बोली या भाषा तां आम जिहा शब्द है, आपां नूं पता है कि आपां अपने मन दे भाव किसी दे सामने प्रगट करने हुंदे आ, तां आपां की करदे हां, या तां बोल के जां लिख के आपणे मन दे भावां नूं की है दूजे दे सामने प्रगट करते हैं, गल्लां एक दूजे नूं समझाउंदे आ, उसने आपां की कह दिंदे आ बोली कह दिंदे आ। तां भाषा आखदे हन, वापस देखो जिहड़े गल्लां या बोलां राही किसी प्रांतां दा देशां विदेशां दी गल हो गई, जां इलाके मतलब अपने आले दुआले दा मुहल्ला दे लोक बोल के जां लिख के अपने मन दे भाव ते गल्लां एक दूजे नूं समझाउंदे हन, जिवें अपने मन दे भावां नूं आपां एक दूजे नूं समझाउंदे आ ना, ਤਰੀਕੇ ਨੂੰ ਆਪਾਂ ਕੀ ਕਹਿੰਦੇ ਹਾਂ, ਬੋਲੀ ਕਹਿੰਦੇ ਹਾਂ ਜਾਂ ਭਾਸ਼ਾ ਕਹਿੰਦੇ ਹਾਂ। ਤਾਂ ਹੁਣ ਆਪਾਂ ਗੱਲ ਕਰਦੇ ਕਿ ਬੋਲੀ ਹੁੰਦੀ ਕਿੰਨੇ ਪ੍ਰਕਾਰ ਦੀ ਹੈ, ਤੇ ਜਿਹੜੀ ਬੋਲੀ ਹੈ ਉਹ ਦੋ ਪ੍ਰਕਾਰ ਦੀ ਹੁੰਦੀ ਹੈ। ਕਿੰਨੇ ਪ੍ਰਕਾਰਾਂ ਦੀ ਹੁੰਦੀ ਹੈ? ਦੋ ਪ੍ਰਕਾਰਾਂ ਦੀ ਹੁੰਦੀ ਹੈ। ਪਹਿਲੀ ਹੈ ਬੋਲਚਾਲ ਦੀ ਬੋਲੀ। ਬੋਲਚਾਲ ਦੀ ਬੋਲੀ ਜਿਹੜੀ ਆਪਾਂ ਆਮ ਯੂਜ਼ ਕਰਦੇ ਹਾਂ, ਆਪਣੇ ਘਰਾਂ 'ਚ ਬੋਲੀ ਜਾਂਦੀ ਹੈ, ਆਪਾਂ ਸੁਣਦੇ ਵੀ ਹਾਂ, ਉਹ ਹੁੰਦੀ ਹੈ ਆਪਣੀ ਬੋਲਚਾਲ ਦੀ ਬੋਲੀ। ਫਿਰ ਹੈ ਕਿਤਾਬੀ, ਸਾਹਿਤਿਕ ਜਾਂ ਟਕਸਾਲੀ ਬੋਲੀ, ਜਿਹੜੀ ਆਪਣੇ ਪੰਜਾਬ ਦੇ ਖੇਤਰ 'ਚ ਖਾਸ ਕਰ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ, ਉਹੀ ਬੋਲਣ ਦੇ ਵਿੱਚ ਪੜ੍ਹਨ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ, ਉਹ ਹੁੰਦੀ ਹੈ ਆਪਣੀ ਕਿਤਾਬੀ, ਸਾਹਿਤਿਕ ਜਾਂ ਟਕਸਾਲੀ ਬੋਲੀ। ਹੁਣ ਆਪਾਂ ਇਸ ਦੇ ਪਹਿਲੇ ਪੁਆਇੰਟ ਦੀ ਗੱਲ ਕਰਦੇ ਹਾਂ, ਬੋਲਚਾਲ ਦੀ ਬੋਲੀ। ਦੇਖੋ ਇਹਦੀ ਡੈਫੀਨੇਸ਼ਨ ਕੀ ਹੈ, ਜਿਹੜੀ ਬੋਲੀ ਕਿਸੇ ਇਲਾਕੇ ਜਾਂ ਦੇਸ਼ ਦੇ ਲੋਕ ਨਿੱਤ ਦੀ ਗੱਲ ਬਾਤ ਜਾਂ ਬੋਲਚਾਲ ਹੀ ਵਰਤਦੇ ਹਨ। ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਜਿਹੜੀ ਆਪਣੀ ਬੋਲਚਾਲ ਦੀ ਬੋਲੀ ਹੈ, ਉਹ ਆਪਾਂ ਨੂੰ ਰੋਜ਼ਾਨਾ ਯੂਜ਼ ਕਰਦੇ, ਆਪਣੇ ਘਰਾਂ 'ਚ ਯੂਜ਼ ਕੀਤੀ ਜਾਂਦੀ ਹੈ, ਆਪਾਂ ਹਰ ਥਾਂ 'ਤੇ ਉਸ ਬੋਲੀ ਨੂੰ ਸੁਣਦੇ ਹਾਂ। ਤਾਂ ਇਸੇ ਲਈ ਇਹਨਾਂ ਨੇ ਕੀ ਆਖੀ ਕਿ ਜਿਹੜੀ ਬੋਲੀ ਕਿਸੇ ਇਲਾਕੇ ਦੇ ਵਿੱਚ, ਆਪਣੇ ਆਲੇ ਦੁਆਲੇ ਦੇ ਵਿੱਚ ਅਤੇ ਪ੍ਰਾਂਤਾਂ ਦੇ ਵਿੱਚ, ਦੇਸ਼ਾਂ ਦੇ ਵਿੱਚ ਹਰ ਥਾਂ 'ਤੇ ਬੋਲੀ ਜਾਂਦੀ ਹੈ, ਤਾਂ ਉਹ ਕੀ ਹੁੰਦੀ ਹੈ? ਆਪਣੀ ਬੋਲਚਾਲ ਦੀ ਬੋਲੀ ਹੁੰਦੀ ਹੈ। ਬੋਲਚਾਲ ਦੀ ਬੋਲੀ ਕਿਹਨੂੰ ਕਹਿੰਦੇ ਆ? ਜਿਹੜੀ ਆਮ ਵਰਤੀ ਜਾਂਦੀ ਹੈ ਉਹ ਬੋਲਚਾਲ ਦੀ ਬੋਲੀ ਹੁੰਦੀ ਹੈ। ਦੂਜਾ ਪੁਆਇੰਟ ਹੈ ਆਪਣਾ ਕਿਤਾਬੀ, ਸਾਹਿਤਿਕ ਜਾਂ ਟਕਸਾਲੀ ਬੋਲੀ। ਇਹਦੀ ਡੈਫੀਨੇਸ਼ਨ ਦੇਖੋ, ਸਾਰੇ ਪੰਜਾਬ ਵਿੱਚ ਜਿਹੜੀ ਸਰਬ ਸਾਂਝੀ ਭਾਸ਼ਾ ਵਰਤੀ ਜਾਂਦੀ ਹੈ, ਮਤਲਬ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਹੈ, ਆਹੀ ਭਾਸ਼ਾ ਵਰਤੀ ਜਾਂਦੀ ਹੈ, ਕਿਹੜੀ? ਟਕਸਾਲੀ ਭਾਸ਼ਾ। ਮਤਲਬ ਪੂਰੇ ਪੰਜਾਬ ਦੇ ਵਿੱਚ ਸਰਬ ਸਾਂਝੀ ਭਾਸ਼ਾ, ਸਾਂਝੀ ਸਭ ਦੀ ਸਾਂਝੀ ਭਾਸ਼ਾ ਵਰਤੀ ਜਾਂਦੀ ਹੈ, ਉਸਨੂੰ ਟਕਸਾਲੀ ਜਾਂ ਮਿਆਰੀ ਆਖਦੇ ਹਨ। ਹੁਣ ਟਕਸਾਲੀ ਵੀ ਇਹਨੂੰ ਆਖ ਦਿੰਦੇ ਹੈ, ਸਾਹਿਤਿਕ ਵੀ ਆਖ ਦਿੰਦੇ ਹੈ, ਕਿਤਾਬੀ ਵੀ ਆਖ ਦਿੰਦੇ ਹੈ, ਅਤੇ ਇਸ ਤੋਂ ਇਲਾਵਾ ਨਵਾਂ ਆਪਣੇ ਸਾਹਮਣੇ ਕਿਹੜਾ ਆਇਆ ਹੈ? ਮਿਆਰੀ। ਨਵਾਂ ਨਾਮ ਕਿਹੜਾ ਆਇਆ? ਮਿਆਰੀ ਬੋਲੀ, ਇਹਨੂੰ ਮਿਆਰੀ ਵੀ ਆਖਦੇ ਹਨ। ਇਹ ਪੰਜਾਬ ਦੇ ਕਿਸੇ ਖਾਸ ਇਲਾਕੇ ਵਿੱਚ ਬੋਲੀ ਜਾਂਦੀ, ਪੰਜਾਬ ਦਾ ਇੱਕ ਕੋਈ ਖਾਸ ਇਲਾਕਾ ਹੈ ਜਿੱਥੇ ਕੀ ਹੈ, ਮਿਆਰੀ ਬੋਲੀ ਜਾਂ ਟਕਸਾਲੀ ਬੋਲੀ ਕੀ ਹੈ, ਬੋਲੀ ਜਾਂਦੀ ਹੈ। ਉਸ ਤੋਂ ਬਾਅਦ ਦੇਖੋ, ਬੋਲੀ ਜਾਂਦੀ ਹੈ ਪੰਜਾਬ ਦੇ ਕਿਸੇ ਖਾਸ ਇਲਾਕੇ ਵਿੱਚ, ਬੋਲੀ ਜਾਣ ਲਈ ਭਾਸ਼ਾ